ਥੋੜਾ ਜਿਹਾ ਮੈਂ ਇੱਕ ਹੋਰ ਗੱਲ ਕਹਿਣਾ ਇਦਾਂ ਹੀ 3-4 ਦਿਨਾਂ ਬਾਅਦ ਨਿਯੁਕਤੀ ਪੱਤਰ ਮਿਲਦੇ ਰਹਿਣਗੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਜਿਹੜੇ ਸਟੂਡੈਂਟ ਚੰਡੀਗੜ੍ਹ ਬੈਠੇ ਨੇ ਜੀ ਧਰਨੇ ਤੇ ਉਹਨਾਂ ਦੇ ਬਾਰੇ ਕੁਝ ਬਿਆਨ ਜਾਰੀ ਹੋਏ ਨੇ ਜੀ ਭਵੰਤਮਾਨ ਨੇ ਕੁਝ ਕਿਹਾ ਜਰੂਰ ਸੁਣ ਕੇ ਜਾਣਾ ਜੀ ਪੂਰੀ ਦੀ ਪੂਰੀ ਵੀਡੀਓ ਕਿਉਂਕਿ ਇਹਦੇ ਵਿੱਚ ਫੁੱਲ ਡਿਟੇਲ ਦੇ ਵਿੱਚ ਦੱਸਿਆ ਜਾਵੇਗਾ ਵੀ ਕਦੋਂ ਤੁਹਾਨੂੰ ਜੁਆਇਨਿੰਗ ਲੈਟਰ ਮਿਲਣਗੇ ਕਿਉਂਕਿ ਭਵੰਤਮਾਨ ਦੇ ਮੂੰਹੋਂ ਹੀ ਦੱਸਿਆ ਇਹਨਾਂ ਨੇ ਬਿਤੇੜੇ ਜੁਆਇਨਿੰਗ ਲੈਟਰ ਕਿਸੇ ਡੇਟ ਤੱਕ ਮਿਲ ਸਕਦੇ ਨੇ ਤਾਂ ਚਲੋ ਆਪਾਂ ਚਲਦੇ ਨਹੀਂ ਟਾਈਮ ਨਾ ਖਰਾਬ ਕਰਦੇ ਹੋਏ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵਿਪੰਤ ਮਾਨ ਨੇ ਜੀ ਕੀ ਕਿਹਾ ਤੁਸੀਂ ਇਹ ਵੀਡੀਓ ਦੇਖ ਲੈਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਫੁੱਲ ਡਿਟੇਲ ਦੇ ਵਿੱਚ ਪਰ ਥੋੜਾ ਜਿਹਾ ਮੈਂ ਇੱਕ ਹੋਰ ਗੱਲ ਕਹਿਣਾ ਇਦਾਂ ਹੀ 3-4 ਦਿਨਾਂ ਬਾਅਦ ਨਿਯੁਕਤੀ ਪੱਤਰ ਮਿਲਦੇ ਰਹਿਣਗੇ ਜਿੰਨੇ ਵੀ ਖਾਸ ਤੌਰ ਤੇ ਨੌਜਵਾਨ ਮੁੰਡੇ ਕੁੜੀਆਂ ਉਹ ਕਾਲੀ ਕਰੀ ਜਾਂਦੇ ਰਹਿੰਦੇ ਆ ਧਰਨੇ ਦੇਣ ਆ ਜਾਂਦੇ ਆ ਵੀ ਸਾਨੂੰ ਤਾਂ ਨਿਯੁਕਤੀ ਪੱਤਰ ਦਿਓ ਜੀ ਬਿਲਕੁਲ ਮਿਲਣਗੇ ਉਹ ਕੀ ਇਹ ਫਾਰਮੈਲਟੀਆਂ ਨੇ ਕਾਗਜ਼ ਕੋਈ ਘੱਟ ਰਹਿ ਗਿਆ ਤੁਹਾਨੂੰ ਅਸੀਂ ਨਿਯੁਕਤੀ ਪੱਤਰ ਦੇਤੇ ਵੀ ਚਲੋ ਕੋਈ ਧਰਨਾ ਚੱਕਿਆ ਜਾਊਗਾ ਅਸੀਂ ਨਿਯੁਕਤੀ ਪੱਤਰ ਦੇਤੇ ਕੋਈ ਕਾਗਜ਼ ਰਹਿ ਗਿਆ ਘੱਟ ਉੱਥੇ ਮਹਿਕਮੇ ਚ ਕਿਸੇ ਨੇ ਜਾ ਕੇ ਹਾਈ ਕੋਰਟ ਚ ਸਟੇ ਕਰਤੀ ਫਿਰ ਫਿਰ ਉਹੀ ਹੋਊਗਾ ਵੀ ਉਹ ਜੀ ਸਾਡੇ ਤਾਂ ਰੁਗੀਆਂ ਜਿਹੜਾ ਕੀ ਕਰੀਏ ਜੀ ਫਿਰ ਸਰਕਾਰ ਉੱਥੇ ਲੜੂਗੀ ਹਾਈ ਕੋਰਟ ਚ ਥੋੜਾ ਜਿਹਾ ਸਬਰ ਕਰ ਲਓ ਹਾਂਜੀ 2 ਮਹੀਨੇ ਵੀ ਨਹੀਂ ਹੋਏ ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਜਿਹੜੀਆਂ ਆਖਰੀ 2 ਮਹੀਨਿਆਂ ਚ ਕੰਮ ਕਰਦੀਆਂ ਹੁੰਦੀਆਂ ਸੀ ਅਸੀਂ ਪਹਿਲੇ 2 ਮਹੀਨਿਆਂ ਚ ਕਰਦੇ ਹੋ ਤਾਂ ਨੇ ਵੀਡੀਓ ਦੇਖ ਹੀ ਲਈ ਹੋਣੀ ਹੈ ਜੀ ਜਿਹਦੇ ਵਿੱਚ ਦੱਸਿਆ ਗਿਆ ਭਵਨਤਮਾਨ ਨੇ ਜੀ ਵੀ ਕੁਝ ਟਾਈਮ ਸਾਨੂੰ ਦਿਓ ਕਿਉਂਕਿ ਜਿਹੜਾ ਕੰਮ 2-2 ਮਹੀਨੇ ਠੀਕ ਹੈ ਪੁਰਾਣੀਆਂ ਸਰਕਾਰਾਂ 2 ਮਹੀਨੇ ਲਾਸਟ ਦੇ ਅਖੀਰਲੇ 2 ਮਹੀਨਿਆਂ ਦੇ ਵਿੱਚ ਕਰਦੇ ਤੇ 5 ਸਾਲਾਂ ਦੇ ਵਿੱਚ ਉਹੋ ਕੰਮ ਭਵੰਤਮਾਨ ਜੀ ਨੇ ਸਿਰਫ 2 ਮਹੀਨਿਆਂ ਦੇ ਵਿੱਚ ਕੀਤਾ ਜੀ ਸ਼ੁਰੂ ਦੇ 2 ਮਹੀਨਿਆਂ ਦੇ ਵਿੱਚ ਬਾਕੀ ਇੱਕ PDF ਜਿਹੜੀ ਵਾਇਰਲ ਹੋਈ ਸੀ ਜੀ ਤੁਹਾਨੂੰ ਲੈ ਚੱਲਦੇ ਆ ਹਾਂ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ PDF ਵਾਇਰਲ ਹੋਈ ਹੈ ਜੀ ਜਿਹਦੇ ਵਿੱਚ 31 ਮਈ ਨੂੰ ਜੁਆਇਨਿੰਗ ਲੈਟਰਾਂ ਬਾਰੇ ਦੱਸਿਆ ਗਿਆ ਵੀ ਜਿਹੜੀ 31 ਮਈ ਤੋਂ ਪਹਿਲਾਂ ਪਹਿਲਾਂ ਤੁਹਾਡੇ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਗੇ ਤੇ ਸਾਨੂੰ ਭਵੰਤਮਾਨ ਜੀ ਤੇ ਯਕੀਨ ਵੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਜਲਦੀ ਤੋਂ ਜਲਦੀ ਜਿਹੜੇ ਤੁਹਾਡੇ ਜੁਆਇਨਿੰਗ ਲੈਟਰ ਦੇ ਦੇਣਗੇ ਬਾਕੀ ਤੁਹਾਡੇ ਰਿਕਾਰਡਿੰਗ ਕੀ ਲੱਗਦਾ ਹੈ ਕਦੋਂ ਤੱਕ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਸਕਦੇ ਨੇ ਜਰੂਰ ਸਾਨੂੰ ਕਮੈਂਟ ਕਰਕੇ ਦੱਸਣਾ ਤੇ ਤੁਹਾਨੂੰ ਭਵੰਤਮਾਨ ਦੀ ਇਹ ਐਲਾਨ ਕਿਸ ਤਰ੍ਹਾਂ ਲੱਗਿਆ ਜਰੂਰ ਸਾਨੂੰ ਕਮੈਂਟ ਕਰਕੇ ਦੱਸਣਾ ਇਸੇ ਤਰ੍ਹਾਂ ਦੀ ਅਪਡੇਟ ਲੈਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ